ਪ੍ਰਾਈਮੇਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਾਡੇ ਖਾਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿੱਚ ਸਵਾਗਤ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਹਰੇਕ ਉਸ ਖਬਰ ਨੂੰ ਲਈਏ ਜੋ ਲੋਕਾਂ ਨਾਲ ਜੁੜੀ ਹੋਵੇ ਜਾਂ ਸਾਡੇ ਸਮਾਜ ਨਾਲ ਦੇਸ਼ ਨਾਲ ਦੁਨੀਆ ਨਾਲ ਸੰਬੰਧ ਰੱਖਦੀ ਹੋਵੇ ਤੇ ਇਸ ਇਹਨਾਂ ਖਬਰਾਂ ਤੇ ਚਰਚਾ ਲਈ ਮੇਰੇ ਨਾਲ ਬੈਠੇ ਹੁੰਦੇ ਨੇ ਜਤਿੰਦਰ ਪੰਨੂ ਜੀ ਪੰਨੂ ਸਾਹਿਬ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਜੀ ਸ਼ੁਕਰੀਆ ਪੰਨੂ ਸਾਹਿਬ ਸਭ ਤੋਂ ਪਹਿਲਾਂ ਚੱਲਦੇ ਆਪਾਂ ਘਾਟੀਵਾਲ ਉੜੀ ਸੈਕਟਰ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸਥਿਤੀ ਅਜੇ ਵੀ ਉੱਥੇ ਪੂਰੀ ਤਰ੍ਹਾਂ ਨਿਯੰਤਰਣ ਹੇਠ ਨਹੀਂ ਆਈ ਜਿਸ ਤਰ੍ਹਾਂ ਅੱਤਵਾਦੀ ਹਮਲਾ ਹੋਇਆ ਫੌਜੀ ਹੈੱਡਕੁਆਰਟਰ ਦੇ ਉੱਪਰ ਉਸ ਤੋਂ ਬਾਅਦ ਫੌਜ ਨੇ ਕੁਸਪੈਡ ਦੀਆਂ ਕੋਸ਼ਿਸ਼ਾਂ ਰੋਕਿਆ ਕੁਸਪੈਡ ਦੀਆਂ ਕੋਸ਼ਿਸ਼ਾਂ ਲਗਾਤਾਰ ਹੋ ਰਹੀਆਂ ਨੇ 10 ਦੇ ਕਰੀਬ ਕੁਸਪੈਠੀਏ ਮਾਰੇ ਵੀ ਗਏ ਨੇ ਤੇ ਆਪਰੇਸ਼ਨ ਜਿਹੜੇ ਲਗਾਤਾਰ ਚੱਰੀ ਨੇ ਸਥਿਤੀ ਜਿਸ ਤਰ੍ਹਾਂ ਦੀ ਪਹੁੰਚੀ ਹੋਈ ਹੈ ਉੱਥੇ ਇਹਨੂੰ ਕਿਸ ਨਜ਼ਰੀਏ ਤੋਂ ਦੇਖ ਰਹੇ ਹੋ ਤੁਸੀਂ ਦੇਖੋ ਤੇਜਾ ਜੀ ਗੱਲ ਇਹ ਆ ਕਿ ਲੜਾਈ ਜੇ ਲੜਨੀ ਹੈ ਦੋ ਚਿੱਤੀ ਛੱਡ ਕੇ ਲੜਨੀ ਚਾਹੀਦੀ ਆ ਅਸੀਂ ਨੁਕਸਾਨ ਬਹੁਤ ਕਰਵਾ ਚੁੱਕੇ ਹਾਂ ਪਿਛਲੇ ਸਮੇਂ ਚ ਇਹ ਕਿੰਦਰੇ ਕੁਸਬੈਟ ਹੁੰਦੀ ਆ ਪਰ ਜਦੋਂ ਕੁਸਬੈਟ ਹੋ ਕੇ ਬੱਡ ਤੋਂ 200 ਕਿਲੋਮੀਟਰ ਅੱਗੇ ਬੰਦੇ ਆ ਜਾਂਦੇ ਆ ਉਹ ਸਾਰੇ ਰਸਤੇ ਜਿਹੜੀਆਂ ਸਿਕਿਉਰਿਟੀ ਫੋਰਸਿਸ ਨੇ ਉਹ ਕੀ ਕਰਦੀਆਂ ਪਈਆਂ ਹੁਣ ਉੜੀ ਦੇ ਵਿੱਚ ਉਹਨਾਂ ਦੇ 4 ਬੰਦੇ ਆਏ ਜੀ 18 ਜਵਾਨ ਮਾਰਗ 17 ਮਾਰੇ ਸਿੱਕ ਬਾਅਦ ਚ ਮਰਿਆ ਤੀਆਂ ਨੂੰ ਜ਼ਖਮੀ ਕਰ ਗਿਆ ਜੀ ਉਹਨਾਂ ਦੇ ਵਿੱਚੋਂ ਵੀ ਇੱਕ ਦੋ ਸੀਰੀਅਸ ਨੇ ਇਹ ਜਿੱਡੀ ਵੱਡੀ ਵਾਰਤਾਤ ਕਰਗੇ ਸੀ ਉਸ ਤੋਂ ਬਾਅਦ ਸਾਰਾ ਦੇਸ਼ ਭੜਕ ਗਿਆ ਪਿਆ ਗੁੱਸੇ 'ਚ ਪ੍ਰਧਾਨ ਮੰਤਰੀ ਆਖਿਆ ਬਖਸ਼ਾਂਗੇ ਨਹੀਂ ਜੀ ਬਖਸ਼ਾਂਗੇ ਨਹੀਂ ਕੀ ਕਰੋਗੇ ਜੰਗ ਲਾ ਦੇਵਾਂਗੇ ਜੰਗ ਛੇੜਨ ਵਾਸਤੇ ਭਾਰਤ ਦੇ ਵਿੱਚੋਂ ਕੋਈ ਵੀ ਸਿਆਣਾ ਬੰਦਾ ਨਹੀਂ ਕਹਿੰਦਾ ਕਿਉਂਕਿ ਜੰਗਾਂ ਮਸਲੇ ਦਾ ਹੱਲ ਨਹੀਂ ਹੁੰਦੀ ਜੀ ਇਕੋ ਤਰੀਕਾ ਦਾ ਕੇ ਘਰ ਪੱਕਾ ਰੱਖੋ ਜਿਨ੍ਹਾਂ ਨੇ ਕੱਲ ਨੂੰ ਆ ਕੇ ਤੁਹਾਡੇ ਅੰਦਰ ਕੁਸਪੈਟ ਕਰਕੇ ਨੁਕਸਾਨ ਤੁਹਾਡਾ ਕਰਨਾ ਉਹਨਾਂ ਨੂੰ ਬਾਰਡਰ ਤੋਂ ਟੱਪ ਦਿਆਂ ਨੂੰ ਕਿਉਂ ਨਹੀਂ ਮਾਰਦੇ ਉੱਥੇ ਉਹਨਾਂ ਨੂੰ ਭੁੰਨ ਦਿਓ ਹੁਣ ਦੋ ਦਰਾਂ ਦੇ ਅੰਦਰ ਅੰਦਰ 10 ਬੰਦੇ ਇਹਨਾਂ ਨੇ ਇੱਕ ਦਿਨ 6 ਇੱਕ ਦਿਨ ਭੁੰਨ ਦਿੱਤੇ ਨੇ ਜੀ ਹੁਣ ਵੀ ਤਾਂ ਬਾਰਡਰ ਦੇ ਪਾਰੋਂ ਆਉਂਦੇ ਭੁੰਨ ਇਹ ਵੀ ਅਜੇ ਕਮੀ ਐ ਚ ਤਕਰੀਬਨ 60 70 ਕਿਲੋਮੀਟਰ ਅੰਦਰ ਆ ਕੇ ਮੁਕਾਬਲਾ ਹੋਇਆ ਜੀ ਬਾਰਡਰ ਤੋਂ ਇੱਥੇ ਤੱਕ ਬੰਦੇ ਕਿਦਾਂ ਪਹੁੰਚ ਜਾਂਦੇ ਸਾਡੀਆਂ ਸੁਰੱਖਿਆ ਫੋਰਸਾਂ ਅਜੇ ਤੱਕ ਉਨੀਆਂ ਮਜ਼ਬੂਤ ਨਹੀਂ ਹੋ ਰਹੀਆਂ ਜਿੰਨੀਆਂ ਹੋਣੀਆਂ ਚਾਹੀਦੀਆਂ ਉਹਦਾ ਕਾਰਨ ਕੀ ਹੈ ਪੰਜਾਬ ਪੁਲਿਸ ਹੋਵੇ ਜੰਮੂ ਕਸ਼ਮੀਰ ਦੀ ਪੁਲਿਸ ਹੋਵੇ ਕਿਸੇ ਹੋਰ ਸਟੇਟ ਦੀ ਪੁਲਿਸ ਹੋਵੇ ਇਹਨਾਂ ਪੁਲਿਸ ਵਾਲਾਂ ਕੋਲ ਬੜੇ ਮੌਕੇ ਆ ਆਪਣਾ ਚਿਹਰਾ ਚਮਕਾਉਣ ਦੇ ਉੱਥੇ ਟੁੱਟਲ ਜਿਆ ਇੱਕ ਜੇਬ ਕਤਰਾ ਫੜ ਲੈਣ ਕਿਸੇ ਬੀਬੀ ਦੀਆਂ ਵਾਲੀਆਂ ਖੋਣ ਵਾਲਾ ਫੜ ਲੈਣ ਜੀ ਇੱਕ ਜੇਬ ਕਤਰਾ ਮੂੰਹ ਸਿਰਲੇ ਪੇਟ ਕੇ ਖੜਾ ਕੀਤਾ ਹੁੰਦਾ ਤੇ 15 ਪੁਲਿਸ ਵਾਲੇ ਆਪਣੀ ਫੋਟੋ ਖਿਚਾਉਣ ਨੂੰ ਖੜੇ ਹੁੰਦੇ ਆ ਤੂੰ ਵੀ ਆ ਜਾ ਤੂੰ ਵੀ ਆ ਜਾ ਤੂੰ ਵੀ ਆ ਜਾ ਸਾਰਿਆਂ ਦੀ ਫੋਟੋ ਚਾਪਦੀ ਹੈ ਫੌਜੀ ਅਫਸਰ ਇਹ ਸਮਝਦੇ ਆ ਕਿ ਪੁਲਿਸ ਵਾਲੇ ਜਿੱਦਾਂ ਆਪਣਾ ਟੌਰ ਜਾ ਵਿਖਾਉਂਦੇ ਫਿਰਦੇ ਅਸੀਂ ਵੀ ਤੇ ਕਰ ਸਕਦੇ ਆ ਜੀ ਇਹ ਪੈਰਾਮਿਟਰੀ ਫੋਰਸ ਤੇ ਫੌਜ ਦੇ ਵਿੱਚ ਵੀ ਟ੍ਰੈਂਡ ਆਉਂਦਾ ਜਾਂਦਾ ਕਿ ਕੁਝ ਕਰਨ ਦੀ ਲੋੜ ਨਹੀਂ ਟੌਰ ਬਣਾਓ ਉਸ ਟ੍ਰੈਂਡ ਦਾ ਕਰਕੇ ਫੌਜ ਦੇ ਵਿੱਚ ਸੁਸਤੀ ਸੀ ਕਮਵਲ ਬਹੁਤਾ ਧਿਆਨ ਨਹੀਂ ਜੀ ਜਿਹੜੀਆਂ ਯੂਨਿਟਾਂ ਪਿਛਲੇ ਸਮੇਂ ਦੇ ਵਿੱਚ ਜੰਗਾ ਚ ਬਹੁਤ ਵੱਡਾ ਨਾਮਣਾ ਖੜ ਚੁੱਕੀਆਂ ਉਹ ਯੂਨਿਟਾਂ ਉਹਨੀਆਂ ਹੌਲੇ ਪੱਧਰ ਦੇ ਸਿਕਿਉਰਿਟੀ ਰਪੀਆਂ ਨੇ ਕਿ ਜਦੋਂ ਮਰਜ਼ੀ ਬੰਦਾ ਉਹਨਾਂ ਚ ਆਣ ਬੜਦਾ ਜਿਨ੍ਹਾਂ ਦੇ ਵੀਰ ਚੱਕਰ ਤੇ ਪਰਮਵੀਰ ਚੱਕਰ ਤੇ ਮਹਾਵੀਰ ਚੱਕਰ ਨਹੀਂ ਗਣੇ ਜਾਂਦੇ ਜੀ ਜੇ ਉਹਨਾਂ ਯੂਨਿਟਾਂ ਵਿੱਚ ਵੀ ਬਾਹਰੋਂ ਕੋਸ ਕੋਸ ਬੈਠੀਏ ਵਰਜ ਜਾਂਦੇ ਨੇ ਤੇ ਜਿਹੜਾ ਉਸ ਯੂਨਿਟ ਦਾ ਕਮਾਂਡਰ ਹੈ ਉਹ ਕਮਾਂਡਰ ਤੇ ਛੁੱਟੀ ਕਹਿੰਦੀ ਕਰ ਦਿੱਤੀ ਜਾਂਦੀ ਉਹ ਕਰਦਾ ਕੀ ਆਪਣੇ ਯੂਨਿਟ ਨੂੰ ਚੱਕ ਨਹੀਂ ਕਰਦਾ ਉਹ ਸਿਰਫ ਟੌਰ ਵਾਸਤੇ ਕਮਜੇਦ ਜਾਨਾ ਮੈਨੂੰ ਸਲੂਟ ਪੜੇ ਵਜਦੇ ਆ ਜੀ ਹੁਣ ਜਦੋਂ ਫੋਰਸ ਇਸ ਪਾਸੇ ਨੂੰ ਤੁਰ ਪਈ ਲੋਕ ਇਹ ਆਸ ਰੱਖਦੇ ਆ ਕਿ ਉਧਰੋਂ ਆਉਣ ਵਾਲੇ ਜਿੰਨੀ ਵੀ ਕਿਸਮ ਦੇ ਗਲਤ ਬੰਦੇ ਆ ਜੀ ਉਹਨਾਂ ਸਾਰਿਆਂ ਨੂੰ ਜੱਠਿਆ ਜਾਓ ਕਮਜ਼ੋਰੀ ਫਿਰ ਇੱਥੇ ਇਸ ਗੱਲ ਦੀ ਰਹਿੰਦੀ ਹੈ ਕਿ ਕਹਿੰਦੇ ਜੀ دہشت گردਾਂ ਨੂੰ ਮਾਰਾਂਗੇ ਕੁਸ ਬੇਟੀਆਂ ਨੂੰ ਮਾਰਾਂਗੇ ਜਸੂਸ ਹੈ ਕੋਈ ਮਾਰਾਂਗੇ ਸਮਗਲਰਾ ਵਾਲੇ ਇਸ ਕਰਕੇ ਟਿੱਲ ਰੱਖੀ ਜਾਂਦੀ ਹੈ ਕਿ ਸਮਗਲਰ ਡਬਲ ਏਜੰਟ ਹੁੰਦੇ ਆ ਜੀ ਬਿਲਕੁਲ ਮਿਸਾਲ ਦੇ ਤੌਰ ਤੇ ਖੇਮ ਕਰਨ ਤੋਂ ਟੱਪਣਾ ਕਸੂਰ ਨੂੰ ਜਾਣਾ ਉਹ ਉੱਥੇ ਜਾ ਕੇ ਪਾਕਿਸਤਾਨ ਦੀ ਪੁਲਿਸ ਨੂੰ ਚਾਰ ਗੱਲਾਂ ਦੱਸਉਂਦੇ ਆ ਕਿ ਸਾਡੀ ਕੰਪਨੀ ਜਿਹੜੀ ਫਲਾਣੀ ਡਰੇਨ ਹੈ ਉਹਦੇ ਉੱਤੇ ਇੰਨੇ ਮੋਰਚੇ ਆ ਤੇ ਉਹਨਾਂ ਮੋਰਚਾਂ 'ਚ ਇੰਨੀ ਕ ਫੌਜ ਬੈਠੀ ਹੈ ਜੀ ਜਦੋਂ ਵਾਪਸ ਆਉਂਦੇ ਆ ਤੇ ਸਾਡੀ ਪੁਲਿਸ ਨੂੰ ਤੇ ਫੌਜ ਨੂੰ ਦੱਸ ਦਿੰਦੇ ਆ ਜੀ ਚੋਗਿਲ ਕੇ ਨਹਿਰ ਦੇ ਉੱਤੇ ਇੰਨੇ ਕ ਮੋਰਚੇ ਪੁਰਤੋ ਬਹੁਤਾ ਕੋਈ ਸਾਡੀ ਪੁਲਿਸ ਨੂੰ ਵੀ ਫੌਜ ਨੂੰ ਵੀ ਪਹਿਲਾਂ ਪਤਾ ਹੁੰਦਾ ਇਹਦੇ باوجود ਇਸ ਸਮਗਲਰਾਂ ਨੂੰ ਤਸਕਰਾਂ ਨੂੰ ਉਹਨਾਂ ਦੇ ਪਾਂਡੀਆਂ ਨੂੰ ਢਿੱਲ ਦਿੰਦੇ ਆ ਅਜਨੀ ਡਰੈਗੋ ਤੋਂ ਆ ਰਹੀ ਹੈ ਕਿੱਦਾਂ ਆ ਰਹੀ ਜੇ ਬਾਰਡਰ ਦੇ ਉੱਤੇ ਫੈਂਸਿੰਗ ਹੋਈ ਹੈ ਕੰਡੇ ਦਾ ਤਾਰ ਲੱਗੀ ਹੈ ਜਿਹੜੇ ਸਖਤ ਪਹਿਰੇਦਾਰ ਹੈ ਜੀ ਇਸ ਕਰਕੇ ਆ ਰਹੀ ਹੈ ਕਿ ਪਹਿਰਿਆਂ ਦੇ ਉੱਤੇ ਖੜੇ ਜਿਹੜੇ ਪਹਿਰੇਦਾਰ ਉਹ ਸਖਤ ਨਹੀਂ ਇਹੋ ਹਾਲਤ ਜੰਮੂ ਕਸ਼ਮੀਰ ਚ ਸਾਡੇ ਪੰਜਾਬੀ ਚ ਕਹਿੰਦੇ ਜਦੋਂ ਚੋਰ ਤੇ ਕੁੱਤੀ ਰਲ ਜਾਂਦੇ ਆ ਜੀ ਉਦੋਂ ਕਰਦਾ ਨੁਕਸਾਨ ਹੁੰਦਾ ਹੀ ਹੁੰਦਾ ਕਰਦਾ ਮਾਲਕ ਕੁਝ ਨਹੀਂ ਕਰ ਸਕਦਾ। ਹਰੋ ਸਾਹਿਬ ਜਦੋਂ ਆਪਾਂ ਗੱਲ ਕਰਦੇ ਇੱਕ ਪਾਸੇ ਪੰਜਾਬ ਦੇ ਬਾਰਡਰ ਦੀ ਗੱਲ ਕਰ ਰਹੇ ਹਾਂ ਇੱਥੇ ਫੈਂਸਿੰਗ ਹੈ। ਦੂਜੇ ਪਾਸੇ ਉੱਥੇ ਲਾਈਨ ਆਫ ਕੰਟਰੋਲ ਹੈ। ਪਗੌਲਿਕ ਸਥਿਤੀਆਂ ਦੋਵੇਂ ਥਾਂ ਦੀਆਂ ਅਲੱਗ-ਅਲੱਗ ਨੇ। ਉਸ ਪਗੌਲਿਕ ਸਥਿਤੀ ਵੀ ਕਿਤੇ ਨਾ ਕਿਤੇ ਜਿਹੜੇ ਕੁਝ ਪੈਠੀਆਂ ਵਾਸਤੇ ਬਦਦਗਰ ਸਾਬਤ ਹੁੰਦੀਆਂ ਉੱਥੋਂ ਦੀ। ਹੁੰਦੀ ਸਾਬਤ। ਪਰ ਉਹ ਪਗੌਲਿਕ ਸਥਿਤੀ ਸਾਰੀ ਲਗਾਤਾਰ ਤਾਂ ਨਹੀਂ ਚੱਲਦੀ। ਜੀ। ਜਿਹੜੇ ਲੰਘਿਆ ਤੋਂ ਲੰਘਦੇ ਐ। ਵੇਲੇ ਕੋਲੇ ਲੰਘਣ ਇੱਕ ਦਿਨ ਲੰਘੇ ਦੋ ਦਿਨ ਲੰਘੇ ਤੀਜੇ ਦਿ ਵਾਰ-ਵਾਰ ਲੰਘਣ ਨਾਲ ਇੱਕ ਡੰਡੀ ਪੈ ਜਾਂਦੀ ਆ ਜੀ ਉਹਨਾਂ ਭੂਗੋਲਿਕ ਸਥਿਤੀਆਂ ਚ ਉਥੇ ਡੰਡੀ ਪੈ ਜਾਂਦੀ ਹੈ ਤੇ ਪਤਾ ਲੱਗ ਜਾਂਦਾ ਕਿ ਇੱਧਰ ਦੇ ਬੰਦੇ ਜਾਂਦੇ ਨੇ ਆ Rajasthan ਦੇ ਵਿੱਚ ਜੰਗਲ ਚ ਫਿਰਦੇ ਸਾਡੇ ਜਿਹੜੇ ਜਗਲਾਤ ਦੇ ਸਧਾਰਨ ਕਰਮਚਾਰੀ ਨੇ ਜੀ ਉਹ ਪੈਰਾਂ ਦੇ ਨਿਸ਼ਾਨਾਂ ਤੋਂ ਵੇਖ ਕੇ ਪਛਾਣ ਲੈਂਦੇ ਆ ਕਿ ਇੱਧਰੋਂ ਭੱਜ ਕੇ ਫਲਾਣਾ ਜਾਨਵਰ ਗਿਆ ਇਹ ਪੈਰਾਂ ਦੇ ਨਿਸ਼ਾਨਾਂ ਤੋਂ ਕੁਝ ਤਾਂ ਸਹੀਦ ਰੱਖ ਸਕਦੇ ਆ ਜਿੱਥੋਂ ਇੱਕ ਦਿਨ ਲੰਘੇ ਦੋ ਦਿਨ ਲੰਘੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਆ ਲੰਘਾ ਹੈਗਾ ਉਸ ਲਾਂਘੇ ਨੂੰ ਚੈੱਕ ਕਰਨ ਵਾਸਤੇ ਕੋਈ ਪ੍ਰਬੰਧ ਕਰ ਸਕਦੇ ਆ? ਉਹ ਜੀਪੀਐਸ ਸਿਸਟਮ ਲੈ ਕੇ ਆਉਂਦੇ ਆ। ਜਦੋਂ ਸਾਡੇ ਕੋਲ ਕੋਈ ਨਾਈਟ ਵਿਜ਼ਨ ਗਲਾਸੇਜ਼ ਵੀ ਹੈਗੇ ਨੇ। ਰਾਤ ਨੂੰ ਵੇਖਣ ਵਾਲੀਆਂ ਅਣਕਾਂ ਵੀ ਮਿਲ ਚੁੱਕੀਆਂ ਨੇ। ਜੀ। ਤੇ ਫਿਰ ਕਿੱਦਾਂ ਨਹੀਂ ਚੈੱਕ ਕਰ ਸਕਦੇ? ਮੋਰਚੇ ਕੋਈ 2-2 ਕਿਲੋਮੀਟਰ ਤੇ ਤਾਂ ਨਹੀਂ ਗਏ? 2-2 ਸੌ ਗੈਜ ਤੇ। ਮਨੋ ਸਰ ਜੀਪੀਐਸ ਤੋਂ ਗੱਲ ਆਈ ਹੁਣ ਹੁਣੇ ਆਪਾਂ ਸੈਟੇਲਾਈਟ ਛੱਡਿਆ ਜਿਸ ਵਿੱਚ ਅਸੀਂ ਪੂਰੀ ਨਜ਼ਰ ਰੱਖ ਸਕਦੇ ਆ ਧਰਤੀ ਤੇ ਆਪਾਂ ਸਰਹੱਦ ਦੇ ਉੱਪਰ ਆਪਣੀ ਉਸ ਟੈਕਨੋਲੋਜੀ ਨੂੰ ਕਿਉਂ ਨਹੀਂ ਯੂਜ਼ ਕਰ ਪਾ ਰਹੇ? ਨਹੀਂ ਸਰਹੱਦ ਦੇ ਉੱਤੇ ਉਹ ਪੂਰੀ ਨਜ਼ਰ ਨਹੀਂ ਆ ਸਕ ਉਹ ਰਕਸਾ ਦਾ ਕਈ ਤਰੀਕਾ ਸਰੋਂ ਨਜ਼ਰ ਆਉਣ ਵਿੱਚ ਮਦਦ ਕਰ ਸਕਦਾ ਜੀ ਪਰ ਹਰ ਗੱਲ ਉਹ ਨਹੀਂ ਕਰ ਸਕਦਾ ਕਈਆਂ ਥਾਵਾਂ ਦੇ ਰੁੱਖਾਂ ਦੇ ਥਲੇ ਥਲੇ ਬੰਦੇ ਜਾਂਦੇ ਹੁੰਦੇ ਆ ਉਹ ਉਹਦੇ 'ਚ ਨਹੀਂ ਆਉਣੇ ਉਸ ਇਲਾਕੇ ਵਿੱਚ ਕਾਹ ਬੂਟ ਵੀ ਉਹਦੇ ਥੱਲੇ ਥੱਲੇ ਬੰਦੇ ਜਾਂਦੇ ਆ ਉਹ ਥੱਲੇ ਫਿਰਦੇ ਬੰਦਿਆਂ ਨੂੰ ਬੰਦੇ ਦਿਸਣੇ ਤੇ ਦਿਸਣੇ ਤਾਂ ਹੈ ਜੇ ਉਧਰ ਧਿਆਨ ਹੋਵੇ ਬਿਲਕੁਲ ਸਹੀ ਜੇ ਕਮਾਂਡਰ ਜਿਹੜਾ ਫੋਰਸ ਦਾ ਉਹ ਸ਼ਾਮ ਨੂੰ ਦੋ ਪੈਗ ਲਾ ਕੇ ਜੀਓਐਮਐਸ ਵਿੱਚ ਪਿਆ ਤੇ ਫਿਰ ਬਾਕੀ ਦੀ ਫੋਰਸ ਵੀ ਜ਼ਿੰਮੇਵਾਰੀ ਨਹੀਂ ਨਿਭਾਉਂਦੀ ਅਜਨੀਆਂ ਘਟਨਾਵਾਂ ਹੋਈਆਂ ਨੇ ਘਟਨਾਵਾਂ ਦੀ ਕਿਸੇ ਦੇ ਉੱਤੇ ਜ਼ਿੰਮੇਵਾਰੀ ਫਿਕਸ ਨਹੀਂ ਕੀਤੀ ਗਈ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਹੈ ਜਿਹੜੀਆਂ ਜੜੀਆਂ ਯੂਨਿਟਾਂ ਦੇ ਉੱਤੇ ਇਹ ਜੀਆਂ ਘਟਨਾਵਾਂ ਵਾਪਰੀਆਂ ਨੇ ਉਹਨਾਂ ਦੇ ਕਮਾਂਡਰਾਂ ਦੀ ਤਰੱਕੀ ਵੀ ਰੋਕੀ ਜਾਣੀ ਚਾਹੀਦੀ ਹੈ ਸਸਪੈਂਡ ਵੀ ਹੋਣੇ ਚਾਹੀਦੇ ਜੇ ਕੋ ਉਹੋ ਜਿਹਾ ਤੇ ਘਰ ਵੀ ਭੇਜਣਾ ਚਾਹੀਦਾ ਬਾਕੀਆਂ ਨੂੰ ਕੰਨ ਹੋ ਜਾਣ ਤੇ ਪਤਾ ਲੱਗ ਜਾਏ ਫੌਜ ਸਿਰਫ ਫੌਜ ਹੁੰਦੀ ਹੈ ਉਹ ਹੋਮਗਾਰਡ ਨਹੀਂ ਬਣ ਸਕਦੇ ਜੀ ਪੰਨ ਸਾਹਿਬ ਆਪਣਾ ਗੱਲਬਾਤ ਜਿਹੜੀ ਇਸੇ ਤਰ੍ਹਾਂ ਜਾਰੀ ਰਹਿ ਗਈ ਪਰ ਹੁਣ ਵੇਲਾ ਹੋ ਗਿਆ ਇੱਕ ਬ੍ਰੇਕ ਦਾ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਅੰਛਦਾਬੀ ਚਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਆਪ ਸਭ ਦਾ ਪ੍ਰਾਈਮ ਡਿਸਕਸ਼ਨ ਵਿੱਚ ਸਵਾਗਤ ਪੰਨੂ ਸਾਹਿਬ ਉੜੀ ਦੇ ਵਿੱਚ ਹੋਏ ਆਤਵਾਦੀ ਹਮਲੇ ਤੋਂ ਬਾਅਦ ਜਿਸ ਤਰ੍ਹਾਂ ਭਾਰਤ ਤੇ ਪਾਕਿਸਤਾਨ ਦੇ ਸਬੰਧ ਬਣੇ ਆ ਉਹ ਜੜਿਆ ਉਹ ਵਕਤ ਕਿਉਂਕਿ ਅਮਰੀਕਾ ਵਿੱਚ ਵੀ ਇਸ ਦੀ ਚਰਚਾ ਹੋ ਰਹੀ ਹੈ ਬ੍ਰਿਟਨ ਵਿੱਚ ਵੀ ਹੋਈ ਹੁਣ ਯੂਨ ਦੇ ਵਿੱਚ ਵੀ ਹੋਈ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਇਸ਼ਾਰੇ ਇਸ਼ਾਰਿਆਂ ਚ ਪਾਕਿਸਤਾਨ ਦੇ ਖਿਲਾਫ ਕੁਝ ਗੱਲਾਂ ਕੀਤੀਆਂ ਨੇ ਨਵਾਜ਼ ਸ਼ਰੀਫ ਨੂੰ ਬਹੁਤ ਕੁਝ ਸੁਣਨਾ ਪਿਆ ਅਮਰੀਕਾ ਦੇ ਵਿੱਚ ਜਾ ਕੇ ਇਹ ਜੋ ਅੰਤਰਰਾਸ਼ਟਰੀ ਮੰਚ ਤੇ ਜਿਹੜੀ ਗੱਲ ਪਹੁੰਚੀ ਹੈ ਇਹਦੇ ਕੋਈ ਸੱਟੇ ਨਿਕਲਣ ਦੇ ਅਸਾਰ ਨਜ਼ਰ ਆ ਰਹੇ ਤੁਹਾਨੂੰ ਕੋਈ ਇਹਦੇ ਸੱਟੇ ਕੁਝ ਨਹੀਂ ਨਿਕਲ ਸਕਦੇ ਜੀ ਜਿੰਨਾ ਮਰਜ਼ੀ ਦੁਨੀਆ ਪਰਚ ਰੌਲਾ ਪਾ ਲੋ ਸੱਟੇ ਇੱਥੇ ਨਹੀਂ ਨਿਕਲਣੇ ਸਾਡੀ ਭਾਰਤ ਸਰਕਾਰ ਨੂੰ ਸਰਕਾਰ ਕਿਸੇ ਦੇ ਵੀ ਹੋਵੇ ਬਾਜਪਾ ਗੁਜਰਾਲ ਦੇਵਗੋੜਾ ਨਰਸਿਮਹਾ ਰਾਓ ਜਾਂ ਹੋਣ ਵਾਲਾ ਨਰਿੰਦਰ ਮੋਦੀ ਹੋਵੇ ਤੇ ਜਾਂ ਮਨਮੋਹਨ ਸੋਵੇ ਇਹਨਾਂ ਸਾਰਿਆਂ ਨੂੰ ਅਮਰੀਕਾ ਤੋਂ ਬਹੁਤ ਚਾਹ ਹੁੰਦੀ ਹੈ ਅਮਰੀਕਾ ਸਾਡੀ ਮਦਦ ਕਰੂਗਾ ਅਮਰੀਕਾ ਆਹ ਕਰ ਦੂਗਾ ਅਮਰੀਕਾ ਪਾਕਿਸਤਾਨ ਨੂੰ ਕਰ ਦੂਗਾ ਨਿੱਕੀ ਨਿੱਕੀ ਗੱਲ ਤੋਂ ਜਿਵੇਂ ਬੱਚੇ ਕਲਾਸ ਦੇ ਵਿੱਚ ਜਾਂ ਮਾਨੀਟਰ ਨੂੰ ਤੇ ਜਾਂ ਫਿਰ ਟੀਚਰ ਨੂੰ ਸ਼ਿਕਾਇਤਾਂ ਲਾਉਣ ਜਾਂਦੇ ਆ ਅਸੀਂ ਅਮਰੀਕਾ ਨੂੰ ਸ਼ਿਕਾਇਤਾਂ ਲਾਉਣ ਜਾਂਦੇ ਆ ਕਿ ਅਮਰੀਕਾ ਸਾਡੇ ਲਈ ਕਰਦਾ ਅਮਰੀਕਾ ਦਾ ਰਾਸ਼ਟਰਪਤੀ ਅਮਰੀਕੀ ਲੋਕਾਂ ਦਾ ਰਾਸ਼ਟਰਪਤੀ ਹੈ ਜਾਂ ਭਾਰਤੀ ਲੋਕਾਂ ਦਾ ਨਹੀਂ ਜੀ ਉਹਨੇ ਆਪਣੇ ਦੇਸ਼ ਦੇ ਹਿੱਤ ਵੇਖਣੇ ਉਹਦਾ ਇਹ ਕੰਮ ਨਹੀਂ ਕਿ ਭਾਰਤੀ ਲੋਕਾਂ ਦੇ ਹਿੱਤ ਵੇਖਦਾ ਫਿਰਿਆ ਸਾਡੇ ਹਿੱਤ ਅਸੀਂ ਵੇਖਣੇ ਆ ਉਹਦੇ ਸਾਹਮਣੇ ਆਪਣੀਆਂ ਮਜਬੂਰੀਆਂ ਨੇ ਜੇ ਉਹ ਪਾਕਿਸਤਾਨ ਵੱਲ ਸਖਤੀ ਕਰੇਗਾ ਪਾਕਿਸਤਾਨ ਨੂੰ ਛੱਡ ਕੇ ਚੀਨ ਨਾਲ ਜੁੜ ਜਾਏਗਾ ਜੀ ਔਰ ਚੀਨ ਵਾਲਾ ਨੂੰ ਪਤਾ ਕਿ ਜੇ ਪਾਕਿਸਤਾਨ ਜੁੜਿਆ ਤੇ ਅੱਤਵਾਦ ਨਾਲ ਲਿਆਵੇਗਾ ਚੀਨ ਦੇ ਜਿਹੜੀ ਵੈਸਟਰਨ ਸਟੇਟ ਹੈ ਸਿੰਕਾਂਗੋ ਦੇ ਵਿੱਚ ਮੁਸਲਮਾਨ ਆਬਾਦੀ ਵੱਧ ਹੈ ਜੀ ਜਦੋਂ ਪਾਕਿਸਤਾਨ ਦੇ ਉੱਥੇ ਪਹੁੰਚ ਹੋਈ ਤੇ ਉੱਥੇ ਅੱਤਵਾਦ ਪਹੁੰਚ ਚੁੱਕਾ ਹੈ ਇਹਦੇ باوجود ਚੀਨ ਵਾਲੇ ਪਾਕਿਸਤਾਨ ਨੂੰ ਅੱਖ ਕੌੜੀ ਨਹੀਂ ਕਰਦੇ ਕਿ ਜੇ ਅਸੀਂ ਅੱਖ ਕੌੜੀ ਕੀਤੀ ਤੇ ਅਮਰੀਕਾ ਨਾਲ ਜੁੜ ਜੂਗਾ ਚੀਨ ਤੇ ਅਮਰੀਕਾ ਦਾ ਆਪੋਚ ਆੜਾ ਲੱਗਾ ਜੀ ਪਾਕਿਸਤਾਨ ਦਾ ਮੁੱਖ ਦੁਸ਼ਮਣ ਹੈ ਇਸ ਵੇਲੇ ਭਾਰਤ ਪਰ ਸਾਰੀ ਦੁਨੀਆ ਚੱਲਦੀ دہشت ਕਰਦੀ ਵੀ ਤੇ ਪਾਕਿਸਤਾਨ ਹੀ ਚਲਾ ਰਿਆ ਨਾ ਜੀ ਉਸ ਦੈਸ਼ਤਗਰਦੀ ਦਾ ਕਰਕੇ ਜਿਹੜੀਆਂ ਦੋ ਵੱਡੀਆਂ ਤਾਕਤਾਂ ਨੇ ਇੱਕ ਸਾਡੇ ਗਵਾਂਢ ਤੇ ਇੱਕ ਦੁਨੀਆਂ ਦੇ ਦੂਜੇ ਸਿਰੇ ਅਮਰੀਕਾ ਅਮਰੀਕਾ ਵਾਲੇ ਚਾਹੁੰਦੇ ਪਾਕਿਸਤਾਨ ਚੀਨ ਨਾਲ ਜੁੜੇ ਚੀਨ ਵਾਲੇ ਚਾਹੁੰਦੇ ਆ ਪਾਕਿਸਤਾਨ ਅਮਰੀਕਾ ਨਾਲ ਨਾ ਜੁੜ ਜਾਵੇ ਇਹ ਦੋਵੇਂ ਬਾਰੀ-ਬਾਰੀ ਉਹਨੂੰ ਸ਼ਹਿਦ ਹੁੰਦੇ ਆ ਤੇ ਅਸੀਂ ਭੁਗਤਦੇ ਆ ਜੇ ਸ਼ਹਿਦ ਨਾ ਦਿੰਦੇ ਹੋਣ ਦੁਨੀਆਂ ਦਾ ਸਭ ਤੋਂ ਵੱਡਾ ਟੈਰਰਿਸਟ ਉਸਾਮਾ ਬਿੰਲਾਦਨ ਜਦੋਂ ਪਾਕਿਸਤਾਨ ਦੀ ਹੈਦਰਾਬਾਦ ਫੌਜੀ ਸ਼ੌਣੀ ਦੇ ਕੋਲ ਰਿੰਦਾ ਅੱਧੀ ਰਾਤ ਨੂੰ ਅਮਰੀਕਾ ਨੇ ਮਾਰਿਆ ਤੇ ਲਾਚੀ ਵੀ ਚੁੱਕ ਕੇ ਲੱਗੇ ਉਦੋਂ ਅਮਰੀਕਾ ਨੂੰ ਪਤਾ ਨਹੀਂ ਲੱਗਾ ਕਿ ਕਿਸੇ ਦਾ ਸਗਾ ਨਹੀਂ ਕਿ ਪਾਕਿਸਤਾਨ ਉਤ ਤੋਂ ਬਾਅਦ ਵੀ ਉਹ ਪਾਕਿਸਤਾਨ ਨੂੰ ਕਿਉਂ ਸ਼ਹਿ ਦੇ ਜਾਂਦੇ ਨੇ ਹਥਿਆਰ ਕਿਉਂ ਦਿੰਦੇ ਨੇ ਨੋਟ ਕਿਉਂ ਦਿੰਦੇ ਨੇ ਨੋਟ ਤਾਂ ਭਲਾ ਉਹਨਾਂ ਨੇ ਆਪਸ ਵਿੱਚ ਵੰਡਣੇ ਆ ਖਾਣਾ ਪੀਣਾ ਪਬਲਿਕ ਨੂੰ ਨਹੀਂ ਦੇਣੇ ਪਰ ਜਿੰਨੀ ਵਾਰ ਆਏ ਤੇ ਜਿਹੜੇ ਵੀ ਹਥਿਆਰ ਆਏ ਉਹ ਸਾਰੇ ਭਾਰਤ ਦੇ ਖਿਲਾਫ ਵਰਤੇ ਗਏ ਅਮਰੀਕਾ ਕਿਉਂ ਦਿੰਦਾ ਅਸੀਂ ਅਜੇ ਵੀ ਅਮਰੀਕਾ ਤੋਂ ਆਸ ਰੱਖਦੇ ਹਾਂ ਰਹਿ ਗਈ ਗੱਲ ਪਾਕਿਸਤਾਨ ਦੀ ਉਹਨਾਂ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਦੁਨੀਆ 'ਚ ਕੋਈ ਇੱਜ਼ਤ ਨਹੀਂ ਜੀ ਇਜ਼ਤ ਆਪਣੇ ਘਰ ਵਿੱਚ ਵੀ ਨਹੀਂ ਕੋਈ ਘਰ ਵਿੱਚ ਵੀ ਹੈ ਨਹੀਂ ਜੀ ਜਿਹੜਾ ਪਹਿਲਾ ਸੀ ਆਸਫ ਵਾਲੇ ਜਰਦਾਰੀ ਉਹਦੀ ਵੀ ਨਹੀਂ ਸੀ ਜੀ ਲੋਕ ਕਹਿੰਦੇ ਸੀ ਇਹ ਪਾਗਲ ਹੈ ਦਿਮਾਗ 'ਚ ਨੁਕਸਾ ਹੈ ਜੀ ਤੇ ਉਹ ਸਫਾਈ ਪਤਾ ਕਿਦਾਂ ਦਾ ਸੀ ਕਹਿੰਦਾ ਨਹੀਂ ਇੱਕ ਵਾਰੀ ਦਿਮਾਗ 'ਚ ਨੁਕਸਾ ਪਿਆ ਸੀ ਫਿਰ ਮੈਂ ਦਵਾਈ ਖਾ ਲਈ ਸੀ ਜੀ ਇਹ ਉਹਦਾ ਸਪੈਸ਼ਲ ਗੱਲ ਸੀ ਨਿਵਾਜ਼ ਸ਼ਰੀਫ ਦੀ ਇੱਜ਼ਤ ਇੰਨੀ ਹੈ ਕਿ ਕਾਰਗਿਲ ਦੇ ਜੰਗ ਲੱਗੀ ਜਦੋਂ ਦੋ ਦਿਨਾਂ ਦਾ ਸਮਾਨ ਰਹਿ ਗਿਆ ਤੇ ਪਤਾ ਲੱਗਾ ਕਿ ਫੌਜ ਹੁਣ ਫੇਰ ਹੋਣ ਲੱਗੀ ਹੈ ਜੀ ਅਮਰੀਕਾ ਦੇ ਰਾਸ਼ਟਰਪਤੀ ਕੋਲ ਭੱਜਾ ਗਿਆ ਨਾਲ ਆਪਣੀ ਫੌਜ ਦੇ ਮੁਖੀ ਜਨਰਲ ਮੁਸ਼ਰਫ ਨੂੰ ਲੈ ਗਿਆ ਤੇ ਅਮਰੀਕਾ ਦੇ ਰਾਸ਼ਟਰਪਤੀ ਨੇ ਬਾਹਰ ਲੌਬੀ 'ਚ ਬਿਠਾ ਛੱਡਿਆ ਮਿਲਿਆ ਨਹੀਂ 4 ਘੰਟੇ ਤੋਂ ਵੱਧ ਇਹ ਬਾਹਰ ਬੈਠੇ ਰਹੇ ਕਿਸੇ ਨੇ ਚਾਹ ਨਹੀਂ ਪੁੱਛੀ ਤੇ ਫਿਰ ਪਾਕਿਸਤਾਨ ਦੇ ਐਮਬੈਸਡਰ ਨੂੰ ਭੇਜ ਕੇ ਇੱਕ ਫਾਸਟ ਫੂਡ ਵਾਲੀ ਦੁਕਾਨ ਤੋਂ ਮਗਾ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਫੌਜ ਦੇ ਮੁਖੀ ਨੇ 버ਗਰ ਖਾਦੇ ਸੀ ਉੱਥੇ ਜੀ ਇੰਨੀ ਕਿ ਤਾਂ ਇੱਜ਼ਤ ਇਹਨਾਂ ਦੀ ਜਿਨ੍ਹਾਂ ਦੀ ਆਪਣੀ ਹੈ ਨਹੀਂ ਉਹ ਐਸੋੜੇ ਭਾਰਤ ਨੂੰ ਮੁਰਮੁਰ ਕੇ ਚੁਭਾ ਇਸ ਕਰਕੇ ਲਾਉਂਦੇ ਆ ਕਿ ਭਾਰਤ ਵੀ ਉਹੋ ਕੁਝ ਕਰ ਰਿਹਾ ਤੇ ਫਿਰ ਅਸੀਂ ਬਾਕੀ ਸਾਰੀ ਦੁਨੀਆਂ ਨੂੰ ਦਸੀਏ ਕਿ ਸਾਡਾ ਤੇ ਭਾਰਤ ਦਾ ਫਰਕ ਹੈ ਨਹੀਂ ਜਿੱਦਾਂ ਦੇ ਅਸੀਂ ਆ ਉਹਦਾ ਦੇ ਭਾਰਤ ਵਾਲੇ ਪਰ ਪੰਨ ਸਾਹਿਬ ਜੀ ਭਾਰਤ ਦੇ ਨਜ਼ਰੀਏ ਦੀ ਗੱਲ ਕਰੀਏ ਭਾਰਤ ਦੇ ਸਟੈਂਡ ਦੀ ਗੱਲ ਕਰੀਏ ਭਾਰਤ ਉਸ ਤਰ੍ਹਾਂ ਅਮਰੀਕਾ ਦੇ ਕੋਲੇ ਇਸ ਮੁੱਦੇ ਨੂੰ ਲੈ ਕੇ ਨਹੀਂ ਪਹੁੰਚਿਆ ਕਿ ਇਹ ਮਦਦ ਕਰੇ ਸਾਡੀ ਭਾਰਤ ਨੇ ਜਿਸ ਤਰ੍ਹਾਂ ਸ਼ਕਤੀ ਨਾਲ ਆਪਣੀ ਗੱਲ ਰੱਖੀ ਹੈ ਦੋਨਾਂ ਦਾ ਨਜ਼ਰੀਆ 'ਚ ਫਰਕ ਲੱਗਦਾ ਨਹੀਂ ਕਿਤੇ ਉਹਨਾਂ ਨੂੰ ਪਤਾ ਕਿ ਸ਼ਕਤੀ ਨਾਲ ਗੱਲ ਹੀ ਰੱਖਦੇ ਜਦੋਂ ਨਹੀਂ ਬਦਦੇ ਗੱਲ ਹੀ ਰੱਖੀ ਆ ਨਾ ਹੋਰ ਤਾਂ ਨਹੀਂ ਕੁਝ ਆਖਿਆ ਜੀ ਜਦੋਂ ਪਾਰਲੀਮੈਂਟ ਤੇ ਹੁੰਦਾ ਹੋਇਆ ਸੀ ਸਾਡਾ ਉਹ ਤਾਂ ਬੜਾ ਸਖਤ ਪ੍ਰਧਾਨ ਮੰਤਰੀ ਗਣਦੇ ਸੀ ਅਟਲ ਵਿਹਾਰੀ ਬਾਜਪਾ ਉਹਨਾਂ ਜਾ ਕੇ ਗੱਲ ਕਸ਼ਮੀਰ 'ਚ ਰੱਖੀ ਸੀ। ਬਾਦਲ ਜਦ ਗਰਜਤੇ ਹਨ, ਬਿਜਲੀਆਂ ਚਮਕਦੀਆਂ ਹਨ, ਫਿਰ ਜੋ ਹੁੰਦਾ ਹੈ ਸਭ ਨੂੰ ਪਤਾ ਹੈ। ہماری ਆਰਮੀ ਸਰਹੱਦ 'ਤੇ ਪਹੁੰਚ ਗਈ ਹੈ। ਰਾਤ ਨੂੰ ਅਮਰੀਕਾ ਦੇ ਰਾਸ਼ਟਰਪਤੀ ਦਾ ਫੋਨ ਆ ਗਿਆ। ਅਗਲੇ ਦਿਨ ਬਾਜਪਾਈ ਨੂੰ ਪ੍ਰੈਸਰਵਾਣ ਨੇ ਪੁੱਛਿਆ ਜੀ ਕੀ ਖਿਆਲ ਹੈ? ਕਹਿੰਦੇ ਹਾਂ ਦੇਖ ਰਹੇ ਹਾਂ, ਕੀ ਕਰਨਾ। ਉਹ ਕਹਿੰਦੇ ਜੀ ਤੁਸੀਂ ਗੱਲ ਕਹਿੰਦੇ ਸੀ ਬਾਦਲ ਜਦ ਗਰਜਤੇ ਹਨ, ਬਿਜਲੀਆਂ ਚਮਕਦੀਆਂ ਹਨ, ਪਤਾ ਹੈ ਕੀ ਹੁੰਦਾ ਹੈ? ਕਹਿੰਦਾ ਹਾਂ, ਕਈ ਵਾਰ ਬਾਦਲ ਵੀ ਗਰਜਦੇ ਹਨ। ਬਿਜਲੀਆਂ ਵੀ ਚਮਕਦੀਆਂ ਲੇਕਿਨ ਕੁਛ ਵੀ ਨਹੀਂ ਹੁੰਦਾ بارش ਨਹੀਂ ਹੁੰਦੀ ਅੱਛਾ ਜਿਹੜੀ ਗੱਲ ਉਹਨੇ ਆਖੀ ਸੀ ਜੀ ਉਹ ਅੱਜ ਤੱਕ ਸਾਰੇ ਪ੍ਰਧਾਨ ਮੰਤਰੀ ਸਾਡੇ ਕਹੀ ਜਾਂਦੇ ਆ ਸਾਡਾ ਹੁਣ ਵਾਲਾ ਪ੍ਰਧਾਨ ਮੰਤਰੀ ਵੀ ਕੋ ਕਰਕੇ ਜਾਂਦਾ ਅਸੀਂ ਕਿਹਨੂੰ ਬਖਸ਼ਾਂਗੇ ਨਹੀਂ ਬਸ ਹੁਣ ਅਸੀਂ ਬਖਸ਼ਾਂਗੇ ਨਹੀਂ ਨਹੀਂ ਬਖਸ਼ਾਂ ਕੀ ਕਰਾਂਗੇ ਪਾਰਲੀਮੈਂਟ ਚ ਆਖਿਆ ਸੀ ਸੁਸ਼ਮਾ ਸੋਰਾਜ ਨੇ ਚੋਣ ਜਲਸਿਆਂ ਚ ਆਖਿਆ ਸੀ ਨਰਿੰਦਰ ਮੋਦੀ ਨੇ ਜੇ ਸਾਡੇ ਜਵਾਨ ਦਾ ਇੱਕ ਸਿਰ ਜਾਵੇਗਾ ਮੈਂ ਇਹੋ ਜੀ ਸਰਕਾਰ ਦੇਾਂਗਾ ਜਿਹੜੀ ਇੱਕ ਦਿਨ 10 ਸਿਰ ਲਿਆਵੇਗੀ 18 ਬੰਦੇ ਮਾਰੇ ਗਏ 180 ਸਿਰ ਕਿੱਥੇ ਲਿਆ ਦਿੰਦੇ ਨਰਿੰਦਰ ਮੋਦੀ ਨੇ ਲਿਆ ਵੀ ਨਹੀਂ ਸਕਦਾ ਔਰ ਅਸੀਂ ਵੀ ਨਹੀਂ ਕਹਿੰਦੇ ਕਿ ਲਿਆਵੇ ਜੀ ਅਸੀਂ ਸਮਝਦੇ ਹਾਂ ਕਿ ਬਜਾਏ ਇਸ ਗੱਲ ਦੇ ਕਿ ਹਮਲੇ ਕਿਤੇ ਜਾਣ ਲੜਾਈਆਂ ਲੜੀਆਂ ਜਾਣ ਉਹ ਹਾਲਾਤ ਹੀ ਪੈਦਾ ਹੋਣ ਤੋਂ ਰੁਕਣੇ ਚਾਹੀਦੇ ਆ ਉਹਦੀ ਥਾਂ ਤੇ ਆਪਣਾ ਘਰ ਪੱਕਾ ਰੱਖਣਾ ਚਾਹੀਦਾ ਘਰ ਪੱਕਾ ਨਹੀਂ ਰੱਖਣਾ ਜੀ ਪੰਨਾ ਸਾਹਿਬ ਆਪਣੀ ਚਰਚਾ ਜਿਹੜੀ ਜਾਰੀ ਰਹੇਗੀ ਇਸ਼ਾਰਾ ਹੋ ਗਿਆ ਇੱਕ ਹੋਰ ਬ੍ਰੇਕ ਦਾ ਮਿਲਦੇ ਆਂ ਉਹ ਬ੍ਰੇਕ ਤੋਂ ਬਾਅਦ ਚੰਚਦਾ ਵਿੱਚ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਆਪ ਸਭ ਦਾ ਪ੍ਰਾਈਮ ਡਿਸਕਸ਼ਨ ਵਿੱਚ ਸਵਾਗਤ ਗੱਲਬਾਤ ਜਾਰੀ ਹੈ ਜਤਿੰਦਰ ਪੰਨੂ ਜੀ ਨਾਲ ਪੰਨੂ ਸਾਹਿਬ ਰਾਮ ਮੰਦਰ ਦਾ ਮੁੱਦਾ ਜਿਹੜਾ ਲੰਬੇ ਸਮੇਂ ਤੋਂ ਦੇਸ਼ ਦੇ ਵਿੱਚ ਸਮੇਂ-ਸਮੇਂ ਤੇ ਵੱਡੀ ਚਰਚਾ ਦੇ ਵਿੱਚ ਰਹਿੰਦਾ ਤੇ ਹੁਣ ਫਿਰ ਤੋਂ ਹਿੰਦੂ ਮਾਨਾ ਮਹਾਸਭਾ ਨੇ ਐਲਾਨ ਕੀਤਾ ਕਿ ਉਹ 8 ਨਵੰਬਰ ਨੂੰ ਯੋਧਿਆ ਮੰਦਰ ਦੇ ਵਿੱਚ ਰਾਮ ਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦੇਣਗੇ ਹੁਣ ਇਸ ਮੌਕੇ ਤੇ ਕੀ ਲੱਗਦਾ ਹੈ ਇਹ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖ ਕੇ ਆ ਜਾਂ ਕੁਝ ਹੋਰ ਇਹਦੇ ਪਿੱਛੇ ਸਿਆਸਤ ਹੈ ਇਤਿਹਾਸਕਾਰ ਤਾਂ ਇਹ ਕਹਿੰਦੇ ਆ ਕਿ ਉੱਥੇ ਪਹਿਲਾਂ ਐ ਤਾਂ ਯਕੀਨੀ ਕਰ ਲੋ ਜੀ ਕਿ ਭਗਵਾਨ ਰਾਮ ਦਾ ਜਨਮ ਉੱਥੇ ਹੀ ਹੋਇਆ ਸੀ ਇਹਦੇ ਬਾਰੇ ਮਤਭੇਦ ਨੇ 1947 ਦੇ ਵਿੱਚ ਇੱਕ ਜ਼ਿਲ੍ਹਾ ਮੈਜਿਸਟਰੇਟ ਨੇ ਅੱਧੀ ਰਾਤ ਨੂੰ ਮੂਰਤੀਆਂ ਰਖਵਾ ਦਿੱਤੀਆਂ ਮਸਜਿਦ ਦੇ ਵਿੱਚ ਤੇ ਕਹਿੰਦਾ ਜੀ ਮੂਰਤੀਆਂ ਪ੍ਰਗਟ ਹੋਈਆਂ ਮੂਰਤੀਆਂ ਉਦੋਂ ਕਿਉਂ ਪ੍ਰਗਟ ਹੋਈਆਂ ਜਦੋਂ ਪਾਕਿਸਤਾਨ ਬਣਿਆ ਉਸ ਤੋਂ ਪਹਿਲਾਂ ਕਿਉਂ ਨਾ ਪ੍ਰਗਟ ਹੋ ਗਈਆਂ ਇੱਕ ਡਰਾਮਾ ਕੀਤਾ ਸੀ ਉਸ ਜ਼ਿਲ੍ਹਾ ਮੈਜਿਸਟ੍ਰੇਟ ਨੇ ਤੇ ਉਹਨੂੰ ਬਾਅਦ ਚ ਜਨ ਸੰਗ ਨੇ ਪਾਰਲੀਮੈਂਟ ਦਾ ਮੈਂਬਰ ਬਣਾ ਦਿੱਤਾ ਸੀ ਉਸੇ ਅਯੁੱਧਿਆ ਦੇ ਵਿੱਚ ਰਾਜਾ ਦਸ਼ਰਥ ਦਾ ਮਹਿਲ ਵੀ ਹੈਗਾ ਰਾਜਾ ਦਸ਼ਰਥ ਭਗਵਾਨ ਰਾਮ ਦੇ ਪਿਤਾ ਜੀ ਸੀ ਉਹਨਾਂ ਦਾ ਜਨਮ ਉੱਥੇ ਵੀ ਹੋਇਆ ਹੋ ਸਕਦਾ ਉਹਨਾਂ ਦੀ ਮਾਤਾ ਦਾ ਨਾਮ ਕੁਸ਼ਲਿਆ ਸੀ ਭਗਵਾਨ ਰਾਮ ਦੀ ਮਾਤਾ ਕੁਸ਼ਲਿਆ ਦੇ ਨਾਮ ਦੇ ਉੱਤੇ ਅਯੁੱਧਿਆ ਚ ਕੁਸ਼ਲਿਆ ਭਵਨ ਵੀ ਹੈਗਾ ਭਗਵਾਨ ਰਾਮ ਦਾ ਜਨਮ ਉੱਥੇ ਹੋਇਆ ਵੀ ਹੋ ਸਕਦਾ ਚਲੋ ਖਰ ਇਹ ਸਾਰੀਆਂ ਇਤਿਹਾਸਿਕ ਮ ਇਤਿਹਾਸਿਕ ਬਹੁਤ ਗੱਲਾਂ ਨੇ ਜਿਨ੍ਹਾਂ ਨੂੰ ਵੱਖਰੇ ਰੱਖ ਕੇ ਵਿਚਾਰਨਾ ਚਾਹੀਦਾ ਜਦੋਂ ਵਿਚਾਰਨਾ ਤੇ ਬਾਬਰੀ ਮਸਜਿਦ ਢਾਉਣ ਵਾਸਤੇ ਇੱਕ ਰੱਥ ਤੁਰਿਆ ਸੀ ਪਹਿਲੀ ਵਾਰੀ ਟੱਕਲਾ ਆਇਆ ਤੇ ਦੂਸਰੀ ਵਾਰੀ ਇਹਨਾਂ ਨੇ ਤੈਸ ਨੈਸ ਕਰ ਦਿੱਤੇ ਉਦੋਂ ਬਾਅਦ ਮਸਜਿਦ ਰਹੀ ਨਹੀਂ ਮੰਦਿਰ ਬਣਿਆ ਨਹੀਂ ਵੋਟਾਂ ਦਾ ਮੁੱਦਾ ਬਣਿਆ ਸੀ ਤੇ ਬਣਿਆ ਰਿਆ ਐਸ ਵਾਰੀ ਇਹ ਬਣਾਉਣਾ ਚਾਹੁੰਦੇ ਸੀ ਮੁੱਦਾ ਜਦੋਂ ਯੂਪੀ ਵਿੱਚ ਵੇਖਿਆ ਕਿ ਗੱਲ ਨਹੀਂ ਬਣਦੀ ਪਈ ਇਹਨਾਂ ਨੇ ਗਊ ਮਾਸ ਵਾਲਾ ਦਾਦਰੀ ਕਾਂਡ ਕਰਕੇ ਵੀ ਵੇਖ ਲਿਆ। ਜੀ। اخلاق ਨਾਂ ਦਾ ਇੱਕ ਮੁਸਲਮਾਨ ਮਰਵਾ ਕੇ ਗੱਲ ਨਹੀਂ ਬਣੀ। ਫਿਰ ਇਹਨਾਂ ਨੇ ਰਿਜ਼ਰਵੇਸ਼ਨ ਦਾ ਮੁੱਦਾ ਵੀ ਚੁੱਕਿਆ। ਇਹ ਵੇਖਿਆ ਜੇ ਸਾਰੇ ਸ਼ੈਡਿਊਲਡ ਕਾਸਟ ਲੋਕ ਸਾਡੇ ਖਿਲਾਫ ਹੋ ਗਏ ਤੇ ਮਾਰੇ ਜਾਵਾਂਗੇ। ਹੁਣ ਜਦੋਂ ਹੋਰ ਕੁਝ ਨਹੀਂ ਰਹਿ ਜਾਂਦਾ। ਫਿਰ ਭਾਜਪਾ ਵਾਲਿਆਂ ਦੇ ਕੋਲ ਆਖਰੀ ਰਾਮ ਬਾਣੇ ਹੁੰਦਾ। ਜੀ। ਕਿ ਉਹ ਚਲਾ ਦਿਓ ਕਿ ਰਾਮ ਮੰਦਰ ਬਣਾਉਣਾ। ਇਹਨਾਂ ਨੇ ਪਿਛਲੇ ਦਿਨਾਂ ਚਾਪੋ ਵਿੱਚ ਮੀਟਿੰਗਾਂ ਕੀਤੀਆਂ ਤੇ ਫਿਰ ਪ੍ਰਵੀਨ ਤੋਗੜਿਆ ਜਿਹੜਾ ਵਿਸ਼ੇਬੰਦੂ ਪ੍ਰੇਸ਼ਦ ਦਾ ਮੁਖੀ ਆ ਉਹਨੇ ਕਹਤਾ ਸਾਡਾ ਇਰਾਦਾ ਹੈ ਕਿ ਰਾਮ ਮੰਦਰ ਦੀ ਗੱਲ ਕਰਾਂਗੇ ਪਰ ਯੂਪੀ ਦੀਆਂ ਚੋਣਾਂ ਤੋਂ ਬਾਅਦ ਕਰਾਂਗੇ ਜੀ ਇਹਦਾ ਮਤਲਬ ਸੀ ਕਿ ਬੀਜੇਪੀ ਨੇ ਜੇ ਸਾਡੀ ਮਦ ਲੈਣੀ ਆ ਜੀ ਤੇ ਪਹਿਲਾਂ ਸਾਡੇ ਪੱਖ ਵਿੱਚ ਬੋਲੇ ਸਾਡੇ ਨਾਲ ਕੋਈ ਸਮਝੌਤਾ ਕਰੇ ਸਾਡੇ 4 ਬੰਦਿਆਂ ਨੂੰ ਕੁਰਸੀਆਂ ਦੇ ਵਿੱਚ ਅੱਜ ਦੀਆਂ ਗੱਦੀਆਂ ਤੇ ਬੈਠੇ ਹੋਣ ਉਹ ਗੱਲ ਨਹੀਂ ਬਣੀ ਹੁਣ ਹਿੰਦੂ ਮਹਾਸਭਾ ਉੱਠ ਪਈ ਆ ਜੀ ਜਦੋਂ ਆਰਐਸਐਸ ਬਣਿਆ 1925 ਉਹਦੇ ਲਗਭਗ ਨੇੜੇ ਤੜੇ ਇੱਕ ਜਥੇਬੰਦੀ ਬਣੀ ਸੀ ਹਿੰਦੂ ਮਹਾਸਭਾ ਪਾਕਿਸਤਾਨ ਬਣਨ ਤੋਂ ਪਹਿਲਾਂ ਮਲਤਾਨ ਦੇ ਵਿੱਚ ਹਿੰਦੂਆਂ ਤੇ ਮੁਸਲਮਾਨਾਂ 'ਚ ਕਦੇ ਆਪੋ 'ਚ ਵਿਗਾੜ ਨਹੀਂ ਸੀ ਪਿਆ ਜੀ ਇਸ ਜਥੇਬੰਦੀ ਨੇ ਪਹਿਲੀ ਵਾਰੀ ਜਾ ਕੇ ਉੱਥੇ ਵਿਗਾੜ ਪੋਆਇਆ ਸੀ ਤੇ ਦੰਗੇ ਹੋਏ ਸਨ ਉਹ ਜਥੇਬੰਦੀ ਬਹੁਤਾ ਨਹੀਂ ਚੱਲਦੀ ਕਦੇ-ਕਦੇ ਇਹੋ ਜਿਹੇ ਮੌਕਿਆਂ ਤੇ ਬਾਹਰ ਨਿਕਲਦੀ ਹੁਣ ਜਦੋਂ ਵੇਖਿਆ ਕਿ ਵਿਸ਼ਵ ਬਿੰਦੂ ਪ੍ਰੀਸ਼ਦ ਵਾਲਾ ਪ੍ਰਵੀਨ ਤੋਗੜੀਆ ਵੀ ਸਰਕਾਰ ਨੂੰ ਚੋਭ ਲਾ ਕੇ ਤੇ ਆਪ ਪਿੱਛੇ हट ਗਿਆ ਤੇ ਨਾਲ ਕਹੀ ਜਾਂਦਾ ਰਾਮ ਮੰਦਰ ਬਣਾਵਾਂਗੇ ਜੀ ਯੂਪੀ ਦੀਆਂ ਚੋਣਾਂ ਤੋਂ ਬਾਅਦ ਤੇ ਫਿਰ ਹਿੰਦੂ ਮਹਾਸਭਾ ਬੜਾ ਨੇ ਉੱਠ ਕੇ ਇੱਕ ਬਿਆਨ ਦਿੱਤਾ ਕਿ ਅਸੀਂ 8 ਨਵੰਬਰ ਤੋਂ ਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਾਂਗੇ ਜੀ ਮੰਦਰ ਦੀ ਉਸਾਰੀ ਨਾ ਤਾਂ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਕਰਨੀ ਹੈ ਨਾ ਹਿੰਦੂ ਮਹਾਸਭਾ ਨੇ ਕਰਨੀ ਹੈ ਉੱਥੇ ਇੱਕ ਰਾਮ ਜਨਮ ਭੂਮੀ ਨਿਯਾਸ ਬਣਿਆ ਨਿਯਾਸ ਮਤਲਬ ਟਰਸਟ ਬਣਿਆ ਉਹ ਜਿਹੜਾ ਟਰੱਸਟ ਬਣਿਆ ਉਹ ਬੜੇ ਚਿਰ ਦਾ ਉਹਨਾਂ ਨੇ ਇੱਕ ਕਾਰ ਸੇਵਕपुरम ਬਣਾਇਆ ਜਿਹੜਾ ਕਾਰ ਸੇਵਕਪੁਰਮ ਆ ਉਹਦੇ ਵਿੱਚ ਨਾ ਕਾਰ ਸੇਵਕ ਰਹਿੰਦੇ ਆ ਸੰਗਮਾਰਮਰ ਦੇ ਪੱਥਰਾਂ ਨੂੰ ਘੜਦੇ ਆ ਘੜ ਘੜ ਕੇ ਹਰ ਪੱਥਰ ਤੇ ਆਰਾਮ ਲਿਖੀ ਜਾਂਦੇ ਆ ਉਹਨਾਂ ਦੀ ਤਿਆਰੀ ਕਰਦੇ ਪਏ ਆ ਉਹਨਾਂ ਪੱਥਰਾਂ ਦੇ ਨਾਲ ਉਹ ਕਹਿੰਦੇ ਬਣਾਉਣਾ ਨਾ ਤਾਂ ਮਹਾਸਭਾ ਦੇ ਕੋਲ ਕੁਛ ਹੈਗਾ ਜੀ ਨਾ ਵਿਸ਼ੇਬਿੰਦੂ ਦੇ ਪ੍ਰਿੰਸੀਪਲ ਦਫ਼ਤਰ ਚ ਚਾਬੀ ਇਹਨਾਂ ਲਾਉਣੀਆਂ ਤੇ ਕਾਰ ਸੇਵਕਪੁਰਮ ਚ ਜਿਹੜੀ ਫੌਜ ਬੈਠੀ ਆ ਜੀ ਉਹਨਾਂ ਭੜਕ ਪੈਣਾ ਇਹ ਸਾਰਾ ਕੁਝ ਜੀਓਪੀ ਦੀਆਂ ਚੋਣਾਂ ਵਾਸਤੇ ਹੋ ਰਿਹਾ ਹੋਰ ਕੁਛ ਨਹੀਂ ਬਿਲਕੁਲ ਸਹੀ ਇਸ ਤੋਂ ਇਲਾਵਾ ਜੀ ਹੁਣ ਪੰਜਾਬ ਦੀ ਗੱਲ ਕਰੀਏ ਮਾਨ ਸਾਹਿਬ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਜੱਦੀ ਹਲਕੇ ਦੇ ਵਿੱਚ ਸੰਗਤ ਦਰਸ਼ਨ ਕਰਦੇ ਨੇ ਜਿੱਥੇ-ਜਿੱਥੇ ਸੰਗਤ ਦਰਸ਼ਨ ਕਰਨ ਜਾ ਰਹੇ ਆ ਉੱਥੇ-ਉੱਥੇ ਰੌਲਾ ਪੈਂਦਾ ਉੱਥੇ-ਉੱਥੇ ਸਰਕਾਰ ਦੇ ਖਿਲਾਫ ਹੀ ਤੇ ਕਾਲੀ ਦਲ ਦੇ ਖਿਲਾਫ ਨਾਰੇਬਾਜ਼ੀ ਹੁੰਦੀ ਹੈ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਾਰੇਬਾਜ਼ੀ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਜਿਹੜੀ ਸਥਿਤੀ ਬਣ ਰਹੀ ਹੈ ਮੁੱਖ ਮੰਤਰੀ ਦੇ ਆਪਣੇ ਹਲਕੇ ਦੇ ਵਿੱਚ ਇਹਨੂੰ ਕਿਵੇਂ ਦੇਖ ਰਹੇ ਹੋ ਕਿੰਨਾ ਪ੍ਰਭਾਵ ਪੈ ਰਿਹਾ ਹੈ ਦਾ ਇਹ ਸਾਰੇ ਕੰਡੇ ਪ੍ਰਕਾਸ਼ ਸਿੰਘ ਬਾਦਲ ਨਾਂ ਦੇ ਅਕਾਲੀ ਆਗੂ ਨੇ ਆਪ ਖਿਲਾਰੇ ਆ ਤੇ ਮੇਰਾ ਇਹ ਅੰਦਾਜ਼ਾ ਹੈ ਕਿ ਚੋਣਾਂ ਤੋਂ ਪਹਿਲਾਂ ਪਹਿਲਾਂ ਉਹਨੇ ਚੁਣਵੀ ਲੈਣੇ ਜੀ ਲੰਬੀ ਹਲਕੇ ਦਾ ਕੋਈ ਪਿੰਡ ਇਹੋ ਜਾਨੀ ਜਿੱਥੇ 70-80 ਬੰਦਿਆਂ ਦੇ ਨਾਂ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਨਹੀਂ ਜੀ ਕਿਉਂਕਿ ਸਾਰੀ ਉਮਰ ਉੱਥੇ ਰਿਹਾ ਹਰ ਪਿੰਡ ਚ ਨੇ ਲੋਕਾਂ ਦਾ ਨਾਂ ਯਾਦ ਨਹੀਂ ਕੰਡੇ ਕਿਦਾਂ ਖਿਲਾਰੇ ਆ ਅਕਾਲੀ ਪਾਰਟੀ ਤਗੜੀ ਸੀ ਪਿੰਡ ਵਿੱਚ ਇੱਕ ਜਥੇਦਾਰ ਹੁੰਦਾ ਸੀ ਉਹ ਦੋ ਕੰਮ ਲਿਆ ਕਰ ਦਿੱਤਾ ਜੋ ਤੀਜੇ ਕੰਮ ਆਇਆ ਤੇ ਤਾਂ ਰੋਜ਼ ਤੁਰਿਆ ਰਿੰਦਾ ਉਹਨੂੰ ਟਾਲਿਆ ਤੇ ਨਾਲ ਪਿੰਡ ਦੇ ਵਿੱਚੋਂ ਕਿਸੇ ਹੋਰ ਜ਼ਥੇਦਾਰ ਨੂੰ ਸਦਕਾ ਆਖਿਆ ਵੀ ਤੂੰ ਮਰਿਆ ਇਹ ਜਹੇਦਾਰਾ ਤੂੰ ਨਹੀਂ ਕੁਝ ਕਰ ਸਕਦਾ ਜੀ ਉਹਨੇ ਆ ਜੀ ਮੈਂ ਆਇਆ ਤੇ ਤੂੰ ਤੂੰ ਆਵੇਂ ਤਾਂ ਸਹੀ ਸਿੱਧੀ ਗਰਾਂਟ ਦੇ ਦਿਆਂਗੇ ਸਿੱਧੀਆਂ ਗਰਾਂਟਾਂ ਦੇ ਕੇ ਪਹਿਲੇ ਜ਼ਹੇਦਾਰ ਦੇ ਮੁਕਾਬਲੇ ਇੱਕ ਜ਼ਹੇਦਾਰ ਖੜਾ ਕੀਤਾ ਫਿਰ ਦੂਜਾ ਕੀਤਾ ਬਾਦਲ ਸਾਹਿਬ ਦੇ ਲੰਬੀ ਹਲਕੇ ਦਾ ਕੋਈ ਪਿੰਡ ਇਹੋ ਜਿਹਾ ਨਹੀਂ ਜਿੱਥੇ ਅਕਾਲੀ ਦਲ ਦੇ ਤਿੰਨ ਜਾਂ ਚਾਰ ਨੇ ਇੱਕ ਵੀ ਪਿੰਡ ਨਹੀਂ ਜੀ ਬਾਦਲ ਸਾਹਿਬ ਦਾ ਆਪਣਾ ਪਿੰਡ ਵੀ ਨਹੀਂ ਇਹਨਾਂ ਦੇ ਆਪਣੇ ਪਿੰਡ 'ਚ ਵੀ ਇਹਨਾਂ ਨੇ ਅਕਾਲੀਆਂ ਦੇ ਮੁਕਾਬਲੇ ਅਕਾਲੀਆਂ ਦੇ ਖੜੇ ਕੀਤੇ ਹੁਣ ਹੁੰਦਾ ਕੀ ਹੈ ਚੋਣਾਂ ਨੇੜੇ ਆ ਗਈਆਂ ਬਾਦਲ ਨੇ ਸੰਗਤ ਦਰਸ਼ਨ ਕਰਨੇ ਜੀ ਇਹ ਜਦੋਂ ਸੰਗਤ ਦਰਸ਼ਨ ਕਰਨ ਜਾਂਦਾ ਉੱਥੇ ਜੇ ਅਕਾਲੀਆਂ ਦੇ ਤਿੰਨ ਹੋ ਤਿੰਨਾਂ ਦੀ ਆਪੋ 'ਚ ਬਣਦੀ ਨਹੀਂ ਬਣਨ ਤੇ ਪਹਿਲਾਂ ਆਪ ਹੀ ਨਹੀਂ ਦਿੱਤੀ ਉਹਨਾਂ ਜੋ 1.7 ਦਾ ਤੇ ਦੂਜੇ 2 ਥੜੇ ਬਰਾਬਰ ਤੇ ਖਲੋ ਕੇ ਨਾਰੇ ਮਾਰਨ ਲੱਗੇ ਪ੍ਰਕਾਸ਼ ਸਿੰਘ ਬਾਦਲ ਮੁਰਦਾਬਾ ਸ਼ੁਰੂ ਹੋ ਜਾਂਦੀ ਹੈ ਜੀ ਹੁਣ ਉਹਦੀ ਥਾਂ ਦੇ ਉੱਤੇ ਅਰਵਿੰਦ ਕੇਜਰੀਵਾਲ ਜਿੰਦਾਬਾਦ ਹੋਣ ਲੱਗ ਪਏ ਇਹਦੇ ਵਿੱਚ ਇੱਕ ਖੇਡ ਹੋਰ ਚੱਲਦੀ ਆ ਉਹ ਇੱਕ ਇੱਕ ਥੜੇ ਵਾਲੇ ਲਿਆਉਂਦੇ ਆ ਬਾਦਲ ਨੂੰ ਦੂਜੇ ਥੜੇ ਵਾਲੇ ਨਾਰੇ ਮਾਰਦੇ ਆ ਰਾਤ ਨੂੰ ਬਾਦਲ ਸਾਹਿਬ ਦੂਜੇ ਥੜੇ ਵਾਲੇ ਸੱਦ ਕੇ ਕਹਿੰਦੇ ਆ ਵੀ ਮੈਂ ਉਹਨਾਂ ਨੂੰ ਕੋਈ ਜ਼ਿਆਦਾ ਦੇ ਆ ਤੁਸੀਂ ਦੱਸੋ ਤੁਹਾਨੂੰ ਕੀ ਚਾਹੀਦਾ ਜੀ ਉਹ ਕਹਿੰਦੇ ਜੀ ਜੋ ਉਹਨਾਂ ਨੂੰ ਦਿੱਤਾ ਉਹ ਤੋਂ ਸਾਨੂੰ ਵੱਧ ਦਿਓ ਲੈ ਲਓ ਜਦੋਂ ਇੱਕ ਪਿੰਡ 'ਚ ਕੰਮ ਕਰਦੇ ਆ ਤੇ ਦੂਜੇ ਪਿੰਡਾਂ 'ਚ ਖਬਰ ਫੈਲ ਜਾਂਦੀ ਆ ਕਿ ਉੱਥੇ ਆਹ ਹੋਇਆ ਸੀ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਜਿੰਨਾ ਬਾਦਲ ਦੇ ਖਿਲਾਫ ਨਾਰੇ ਲਾਵਾਂਗੇ ਉਹਨੇ ਪਹਿਹੇ ਵੱਧ ਮਿਲਣਗੇ ਬਿਲਕੁਲ ਸਹੀ ਉਹ ਬਸੇਹ ਝਾਕ ਦੇ ਵਿੱਚ ਮੇਰੀ ਨੂੰ ਵੱਟੇ ਮਾਰੀ ਜਾਂਦੇ ਕਿ ਬੇਰ ਡਿੱਗਣਗੇ ਹੁਣ ਜਿਹੜੇ ਪਿੰਡ ਬਾਦਲ ਨੇ ਜਾਣਾ ਹੁੰਦਾ ਉਸੇ ਪਿੰਡ ਦੇ ਵਿੱਚ ਬਾਦਲ ਦੇ ਖਿਲਾਫ ਮੁਰਦਾਬਾਦ ਦੀ ਨਾਰੇਬਾਜੀ ਤੇ ਨਾਲ ਇਹ ਡਰਾਵੇ ਬਾਜੀ ਕੇਜਰੀਵਾਲ ਜਿੰਦਾਬਾਦ ਅਸੀਂ ਤਾਂ ਐਸੋਰੀ ਕੇਜਰੀਵਾਲ ਨੂੰ ਪਾਵਾਂਗੇ ਵੋਟਾ ਵੇਖ ਲਾਂਗੇ ਅਸੀਂ ਬਥੇਰਾ ਚਰ ਬਾਦਲ ਨੂੰ ਵੇਖ ਲਿਆ ਇਹ ਸਾਰੀਆਂ ਖੇਡਾਂ ਨੇ ਆਪ ਖੇਡੀਆਂ ਸੀ ਮੁੜ ਮੁੜ ਕੇ ਖੇਡਦੇ ਰਹੇ ਜਿੱਦਾਂ ਦੇ ਹਾਲਾਤ ਇਹਨਾਂ ਨੇ ਪੈਦਾ ਕੀਤੇ ਉੱਚ ਪਿਛਲੀ ਵਾਰੀ 2012 ਦੀਆਂ ਚੋਣਾਂ 'ਚ ਇੱਕ ਵਾਰ ਇਹ ਜਾਪਣ ਲੱਗ ਪਿਆ ਸੀ ਕਿ ਪ੍ਰਕਾਸ਼ਿਕ ਮਾਦਲ ਨੇ ਹੁਣ ਜਿੱਤ ਨਹੀਂ ਸਕਣਾ ਜੀ ਫਿਰ ਇਹਨੇ ਕੁਝ ਪਿੰਡਾਂ ਦੇ ਵਿੱਚ ਚੱਕਰ ਮਾਰ ਕੇ ਉੱਥੋਂ ਮੀਡੀਆ ਵਾਲਿਆਂ ਨੂੰ ਕਹਿ ਕੇ ਪਾਸੇ ਕਰਕੇ ਵੀ ਤੁਸੀਂ ਦੂਰ हट ਜਾਓ ਤੇ ਮੈਂ ਗੱਲ ਕਰਨੀ ਹੈ ਪਿੰਡਾਂ ਵਾਲਿਆਂ ਨਾਲ ਇੱਥੋਂ ਤੱਕ ਨਿੱਜੀ ਅਪੀਲ ਕੀਤੀ ਕਿ ਇਹ ਮੇਰੀ ਆਖਰੀ ਚੋਣ ਹੈ ਤੇ ਮੈਨੂੰ ਆਖੇ ਤਰ ਮੈਂ ਮੁੱਖ ਮੰਤਰੀ ਵੀ ਨਹੀਂ ਬਣਦਾ ਮੇਰੀ ਆਖਰੀ ਚੋਣ ਹੈ ਤੇ ਮੈਨੂੰ ਇੱਕ ਵਾਰੀ ਜਿੱਤ ਲੈਣ ਦਿਓ ਕੱਲੇ-ਕੱਲੇ ਪਿੰਡ 'ਚ ਇਹ ਭਾਵਕ ਅਪੀਲ ਦੇ ਨਾਲ ਜਿਵੇਂ ਤਰਲਾ ਜਾਂ ਮਰਨ ਵਾਲੀ ਗੱਲ ਸੀ ਐਸ ਵਾਰੀ ਜਿਹੜੇ ਕੰਡੇ ਖਿਲਾਰੇ ਆ ਮੈਨੂੰ ਇਹ ਲੱਗਦਾ ਚੋਣਾਂ ਦੇ ਨੇੜੇ ਜਾਣ ਤੱਕ ਬਾਦਲ ਨੇ ਕੰਡੇ ਚੁੰਡਣੇ ਉਹ ਦਾ ਥੋੜੇ ਸ਼ਬਦਾਂ ਵਿੱਚ ਪੰਨੂ ਸਾਹਿਬ ਬਤੌਰ ਸਿਆਸਤਦਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਵੇਂ ਲੱਗਦਾ ਤੁਹਾਨੂੰ ਕਿ ਉਸ ਮੁਕਾਬਲੇ ਜਿਸ ਤਰ੍ਹਾਂ ਚਾਲ ਚੱਲਦੇ ਆ ਆਖਰ ਵਿੱਚ ਆ ਕੇ ਸ਼ਤਰੰਜ ਦੀ ਚਾਲ ਵਾਂਗ ਕੋਈ ਹੋਰ ਮੁਕਾਬਲੇ ਤੇ ਇਸ ਤਰ੍ਹਾਂ ਦਾ ਸਿਆਸਤਦਾਨ ਹੈ ਉਸ ਵਕਤ ਪੰਜਾਬ 'ਚ ਦੇਖੋ ਜਿਹੜੀਆਂ ਇਦਾਂ ਦੀਆਂ ਚਾਲਾਂ ਨੇ ਜੀ ਉਹ ਚੱਲਣ ਵਾਲਾ ਇੱਕ ਬੰਦਾ ਹੁੰਦਾ ਸੀ ਜਥੇਦਾਰ ਗੁਰਚਰਨ ਸਿੰਘ ਟੋੜਾ ਜੀ ਉਹ ਹੁਣ ਹੈ ਨਹੀਂ ਦੂਸਰਾ ਬੰਦਾ ਜਿਹਦੇ ਮੁਕਾਬਲੇ ਤੇ ਸਿਆਸੀ ਚਾਲਾਂ ਚੱਲਣ ਦਾ ਬਾਹਰ ਗਿਣਿਆ ਜਾ ਸਕਦਾ ਉਹ ਸਿਰਫ ਕੈਪਟਨ ਅਮਰਿੰਦਰ ਸਿੰਘ ਹੈ ਜੀ ਤੀਸਰਾ ਬੰਦਾ ਕੋਈ ਪੰਜਾਬ 'ਚ ਇਸ ਵੜੇ ਹੈ ਨਹੀਂ ਪਰ ਇਹ ਦੋਵੇਂ ਚੁਸਤੀਆਂ ਕਰ ਸਕਦੇ ਆ ਲੋਕਾਂ ਨੂੰ ਅ ਪਛਲਾਵਾ ਦੇ ਸਕਦੇ ਆ ਜੀ ਐਸੋੜੇ ਜਿੱਦਾਂ ਦੀ ਸਟ੍ਰੇਟ ਫਾਈਟ ਬਣਦੀ ਜਾ ਰਹੀ ਹੈ ਨਵਜੋਤ ਸਿੰਘ ਦੀ ਕੋਈ ਸਟ੍ਰੇਟ ਫਾਈਟ ਨਹੀਂ ਬਿਲਕੁਲ ਉਹ ਤਾਂ ਭਾਜਪੀ ਦਾ ਇੱਕ ਪਿਆਦਾ ਹੈ ਸਰਕਾਰ ਦੇ ਖਿਲਾਫ ਜਾਂਦੀਆਂ ਵੋਟਾਂ ਨੂੰ ਮੰਡਣ ਵਾਸਤੇ ਉਹਨਾਂ ਖੜਾ ਕੀਤਾ ਜੀ ਪ੍ਰਗਟ ਸਿੰਘ ਨਾਲ ਵਾਧੂ ਰਗੜਿਆ ਗਿਆ ਪਤਰਾ ਛੋਟੇਪੁਰ ਦੀ ਕੋਈ ਖੇਡ ਨਹੀਂ ਇਸ ਵਾਰ ਐਸ ਤਰ੍ਹਾਂ ਇਹ ਸਿੱਧੀ ਫਾਈਟ ਦੇ ਵਿੱਚ ਜਿਹੜੀ ਤੀਸਰੀ ਧਿਰ ਦੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਉੱਭਰ ਰਹੀ ਹੈ। ਜੀ। ਤੇ ਜਿਵੇਂ ਬਾਦਰ ਵੀ ਬੋਲੇ ਤੇ ਕੇਜਰੀਵਾਲ ਕੇਜਰੀਵਾਲ ਕਹਿੰਦਾ ਆਵੇ ਤਾਂ ਅਸੀਂ ਕੇਜਰੀਵਾਲ। ਜੀ। ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦਾ ਆਵੇ ਤਾਂ ਅਸੀਂ ਕੇਜਰੀਵਾਲ ਦੇ ਮੁਕਾਬਲੇ ਮੈਨ ਲੜੂ। ਜੀ। ਉਹ ਕੱਲ ਦਾ ਮੁੰਡਾ ਤੋਂ ਸਾਰੀ ਉਮਰ ਰਾਜਨੀਤੀ ਕੀਤੀ ਹੈ ਤੇ ਉਹਨੂੰ ਚੁਣੌਤੀ ਦੇ ਕੇ ਉਹਦਾ ਕੱਦ ਵਧਾ ਰਿਹਾ ਆਪਣਾ ਘਟਾਰ ਇਹ ਦੋਵਾਂ ਜਣਾਂ ਦੀ ਬਰਾਬਰੀ ਆ ਉਹ ਜਿਹੜਾ ਸਟੇਟ ਫਾਈਟ ਵਾਲਾ ਉਹ ਇਹ ਹੋ ਸਕਦਾ ਕਿਸ ਬਰਾਬਰੀ 'ਚ ਕੁੱਤੀ ਜੀ ਚਮਕ ਬਖਾ ਜਾਂਦਾ ਹੋਵੇ ਜੀ ਪੰਨੂ ਸਾਹਿਬ ਵੇਲਾ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਗੱਲਬਾਤ ਨੂੰ ਹੋਰ ਅੱਗੇ ਵਧਾ ਸਕੀਏ ਇਸ ਦੇ ਨਾਲ ਹੀ ਮੈਨੂੰ ਅਵਨੀਤ ਸਿੰਘ ਤੇਜਾ ਨੂੰ ਤੇ ਜਤਿੰਦਰ ਪੰਨੂ ਜੀ ਨੂੰ ਦੇਵ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਪ੍ਰਾਈਮੇਸ਼ੀਆ ਟੀਵੀ